ਦੋਨੋਂ ਦਾਦਾ ਪੋਤੀ ਇੱਦਾਂ ਲੇਟ ਕੇ ਆਰਾਮ ਨਾਲ ਦੋਨੋਂ ਜਣੇ ਐਸੀ ਜ਼ਿੰਦਗੀ ਚਲਦੀ ਜ਼ਿੰਦਗੀ ਲੈ ਰਹੇ ਨੇ ਜੇ ਆਪਾਂ ਚੱਲਦੇ ਹਾਂ ਗੁਰਦੁਆਰੇ ਹਾਂ ਤੇ ਹੁਣੇ ਵਲੌਗ ਚੱਲ ਚੱਲੀਏ ਫਟਾਫਟ ਲੇਟ ਹੋ ਰਿਹਾ ਆਪਾਂ ਗੁਰਦੁਆਰੇ ਜਾਣ ਨੂੰ ਜਲਦੀ ਖਾਓ ਅੱਜ ਲੇਟ ਹੋ ਗਿਆ ਹਾਂ ਅੱਜ ਮੈਂ ਨਾਜ਼ ਨੂੰ ਕਰਕੇ ਬਾਏ ਬਾਏ ਤੇ ਆਪਾਂ ਨਿਕਲ ਪਏ ਹਾਂ ਗੁਰਦੁਆਰੇ ਜਾਣ ਨੂੰ ਤੇ ਪਹਿਲੇ ਤਾਂ ਤੁਹਾਨੂੰ ਸਾਰੇ ਜਾਣੇ ਗੁੱਡ ਮਾਰਨਿੰਗ ਕੀ ਹਾਲ ਚਾਲ ਹਾਂ ਸਤਿ ਸ਼੍ਰੀ ਅਕਾਲ ਤੇ ਬਾਕੀ ਚੱਲਦੇ ਹੁਣ ਗੁਰਦੁਆਰੇ ਪਹਿਲੇ ਗੁਰਦੁਆਰੇ ਬਾਕੀ ਪਹਿਲੇ ਗੁਰਦੁਆਰੇ ਜਾਂਦੇ ਹਾਂ ਗੁਰਦੁਆਰੇ ਤੋਂ ਆ ਕੇ ਤੁਹਾਨੂੰ ਸਾਰਿਆਂ ਨੂੰ ਫਿਰ ਕੰਟੀਨਿਊ ਕਰਦੇ ਹਾਂ ਤਾਂ ਨਾਲੇ ਤੁਹਾਨੂੰ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰਾਉਂਦੇ ਹਾਂ ਅੱਜ ਕੱਲ੍ਹ ਸਾਡੇ ਵਲੌਗ ਦੀ ਸ਼ੁਰੂਆਤ ਬਾਬਾ ਜੀ ਤੋਂ ਹੁੰਦੀ ਹੈ ਬਾਬਾ ਜੀ ਤੋਂ ਹੀ ਹੋਇਆ ਕਰੇਗੀ ਹਾਂਜੀ ਫਿਰ ਆਪਾਂ ਮੱਥਾ ਟੇਕ ਲਿਆ ਆ ਤੇ ਹੁਣ ਆਪਾਂ ਚੱਲਦੇ ਆ ਘਰ ਨੂੰ ਦਰਸ਼ਨ ਕਰਾਏ ਸੀ ਜੀ ਤਰ੍ਹਾਂ ਕਰਾਏਗੇ ਕਿਉਂਕਿ ਫਿਰ ਮੈਂ ਤੇ ਨਹੀਂ ਕੀਤਾ ਅੰਦਰ ਜਾ ਕੇ ਤੇ ਦਰਸ਼ਨ ਟਾਈਟਲ ਵਾਈਟਲ ਦੇ ਕੇ ਪਤਾ ਚੱਲ ਹੀ ਗਿਆ ਸੋ ਅੱਜ ਜੋਦੀ ਦੀ ਮਹਿਕਪਾ ਜੀ ਨੇ ਆਉਣਾ ਨਾਲ ਤਕਦੀਰ ਤੇ ਸਾਡੇ ਹੁੰਦਿਆਂ ਤਕਦੀਰ ਪਹਿਲੀ ਵਾਰ ਆਊਗੀ ਆਪਾਂ ਜਦੋਂ ਗਏ ਸੀਗੇ ਲੇਹ ਲਦਾਖ ਉਦੋਂ ਪਿੱਛੋਂ ਆਏ ਸੀਗੇ ਜਦੋਂ ਆਪਣੇ ਪਿੰਡ ਸ਼ਿਫਟ ਹੋਏ ਸੀਗੇ ਤਕਦੀਰ ਉਦੋਂ ਆਈ ਸੀ ਮੰਮੀ ਹੁਣਾਂ ਨੂੰ ਮਿਲ ਕੇ ਗਈ ਸੀ ਬਟ ਸਾਡੇ ਹੁੰਦਿਆਂ ਉਹਨੇ ਪਹਿਲੀ ਵਾਰ ਆਉਣਾ ਤੇ ਉਹਦੀਆਂ ਵੀ ਆਪਾਂ ਤਿਆਰੀਆਂ ਕਰਨੀਆਂ ਘਰ ਜਾ ਕੇ ਸੋ ਮਿਲਦੇ ਆ ਤੁਹਾਨੂੰ ਘਰ ਜਾ ਕੇ ਕੀ ਕਰਾਂ ਸ਼ੀਸ਼ਾ ਸਾਫ ਕਰ ਦੇ ਸਾਫ ਕਰ ਦੇ ਸਾਫ ਕਰ ਦੇ ਸਾਫ ਸਾਫ ਹਾਂਜੀ ਹਾਂ ਉਹਨੇ ਖੋਲ ਕੇ ਦੇਖਦੇ ਇਹਦੇ ਚ ਕੀ ਆਇਆ ਚਲੋ ਇਹ ਮੇਰਾ ਆਇਆ ਪਾਪਾ ਦਾ ਦਾਦ ਪਾਪਾ ਦਾ ਨਾਮ ਲਿਖਾ ਹੈ ਇਸ ਤੇ ਆਪਕਾ ਨਹੀਂ ਹੈ ਇਸ ਵਿੱਚ ਅੰਦਰ ਨਾ ਜੋ ਗਾੜੀ ਕੰਪਾਊਂਡ ਕਰਨੇ ਕੇ ਸਮਾਨ ਹੋਗਾ ਅੱਜ ਇਹਨਾਂ ਦਾ ਸਮਾਨ ਹੈ ਕਿਹਾ ਸੀ ਨਾ ਮੈਂ ਤੁਹਾਨੂੰ ਰੋਜ਼ ਇੱਕ ਕੁਰੀਅਰ ਹੈਗਾ ਕਿਉਂਕਿ ਅਜੇ ਵੀ ਜਿਹੜੇ ਅਜੇ ਤਾਂ ਮੈਂ ਮੰਗਾਇਆ ਉਹ ਤਾਂ ਅਜੇ ਆਈ ਨਹੀਂ ਅਜੇ ਤਾਂ ਇਹਨਾਂ ਦਾ ਹੀ ਸਮਾਨ ਆਈ ਜਾਂਦਾ ਤੇ ਮੰਮੀ ਨੂੰ ਰੋਟੀ ਖਵਾ ਰਿਹਾ ਪਰ ਇਹ ਖਾ ਨਹੀਂ ਰਹੀ ਭੱਜ ਕੇ ਬਾਹਰ ਚਲ ਜਾਂਦੀ ਆ ਭੱਜ ਕੇ ਅੰਦਰ ਆ ਜਾਂਦੇ ਵੈਸੇ ਇਹਨੇ ਨਾਂ ਨੂੰ ਲਿਆ ਹੋਇਆ ਆਪਾਂ ਇਹਨੂੰ ਮੈਂ ਇਹਨੂੰ ਨਵਾਨ ਮੁੱਕ ਕੇ ਤਿਆਰ ਕਰਕੇ ਗਈ ਸੀ ਆਹ ਦੇਖੋ ਪੂੰਜੀ ਸ਼ਾਦੀ ਨੋਨੂ ਸਤਿ ਸ਼੍ਰੀ ਅਕਾਲ ਨੋਨੂ ਕੀ ਹੋਇਆ ਸਤਿ ਸ਼੍ਰੀ ਅਕਾਲ ਕਰੋ ਨਹੀਂ ਕਰ ਕੀ ਦਮਾ ਮੰਮੀ ਮੰਮੀ ਨੂੰ ਪੁੱਛ ਰਹੀ ਕੀ ਹੈ ਇਸ ਵਿੱਚ ਕੀ ਹੈ ਨਾਈਫ ਕਹਿ ਰਹੀ ਹੈ ਦਿਓ ਨਹੀਂ ਦੇ ਰਹੀ ਹਾਂ ਨਹੀਂ ਦਿਓ ਕਹਿੰਦੇ ਨਹੀਂ ਦਿਓ ਕਹਿੰਦੀ ਆ ਰਿਹਾ ਆਈ ਹੋ ਜਾਂਦੀ ਹੈ ਨੋ 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 ਆ ਲੋ ਦਰਵਾਜੇ ਟੱਪ ਟੱਪ ਕੇ ਜਾਣੇ ਪੈਂਦੇ ਕੀ ਜਿੱਦਾਂ ਦੀ ਮੈਂ ਦੁੱਧ ਪਾ ਕੇ ਲਿਆਈ ਆ ਬੋਟਲ ਚ ਰੋ ਪਿੱਟੀ ਕਿ ਨਹੀਂ ਦਾਦੀ ਪਾ ਕੇ ਲਿਆ ਗਈ ਦੇਖੋ ਮੰਮੀ ਫਿਰ ਜਾ ਰਹੀ ਹੈ ਬੋਟਲ ਲੈ ਕੇ ਦੁੱਧ ਪਾਣ ਉਹ ਦੇਖੋ ਦਾਦੂ ਕੋਲ ਚਲੇ ਗਏ ਪਹਿਲੇ ਮੈਨੂੰ ਕਹਿੰਦੀ ਬੰਦਰ ਆ ਫਟਾਫਟ ਪਹਿਲੇ ਦਾਦੀ ਨੂੰ ਕਹਿੰਦੀ ਤੁਸੀਂ ਆ ਜਾਓ ਮੰਮੀ ਦੁੱਧ ਪਾ ਕੇ ਲੈ ਗਈ ਹੁਣ ਮੈਂ ਲੈ ਕੇ ਆਈ ਕਹਿੰਦੀ ਨਹੀਂ ਦਾਦੀ ਲੈ ਆਏਗੀ ਤੁਸੀਂ ਬੜੇ ਤੇਜ਼ ਹੋ ਤੁਸੀਂ ਬੜੇ ਮੰਮੀ ਜਾਓ ਕਹਿੰਦੀ ਮੰਮੀ ਜਾ ਦੇਖਿਆ ਅੱਜ ਤੁਸੀਂ ਸਾਰਿਆਂ ਨੇ ਉਹਨ ਵੀਡੀਓ ਸੁਣਿਆ ਨਾ ਮੈਨੂੰ ਕਹਿ ਰਹੀ ਮੰਮੀ ਜਾ ਮੈਨੂੰ ਕਹਿੰਦੀ ਜਾ ਆ ਗਈ ਚਲੋ ਚਲੋ ਲੈ ਇੱਦਾਂ ਕਹਿੰਦੀ ਮੈਨੂੰ ਕੱਢਦੀ ਆ ਮੈਂ ਝੂਠ ਨਹੀਂ ਕਹਿੰਦੀ ਵੀਡੀਓ 'ਚ ਕਿ ਮੈਨੂੰ ਕਮਰੇ ਤੋਂ ਬਾਹਰ ਕੱਢਦੀ ਆ ਕਰਦੀ ਆ ਇੱਦਾਂ ਮੰਮੀ ਜਾ ਬੱਤੀ ਵੀ ਬੰਦ ਕਰਨੀ ਆ ਇਹਨੇ ਦੂਜੀ ਵੀ ਬੰਦ ਆ ਪੱਖਾ ਨਹੀਂ ਬੰਦ ਕਰਨਾ ਪੱਖਾ ਰੋਟੀ ਤੋਂ ਬਾਅਦ ਕੁਝ ਮਿੱਠਾ ਹੋ ਜਾਏ ਤੇ ਗੁੜ ਤੇ ਹੁਣੇ ਹੁਣੇ ਮੇਰੀ ਜੋ ਹੈ ਜੋਦੀ ਦੀ ਨਾਲ ਗੱਲ ਹੋਈ ਆ ਉਹਨਾਂ ਨੂੰ ਘੰਟਾ ਲੱਗੂਗਾ ਆਉਣ 'ਚ 4 ਵਜੇ ਆ ਅਤੇ 5:15 ਤੱਕ ਆ ਜਾਣਗੇ ਅਤੇ ਮੰਮੀ ਔਰ ਨਾਫ ਪਾਪਾ ਤਿੰਨਾਂ ਸੁੱਤੇ ਹੋਏ ਆ ਅਤੇ ਮੈਂ ਹੁਣੇ ਹੁਣੇ ਰੋਟੀ ਖਾ ਕੇ ਹਟੀ ਹਾਂ ਸਾਗ ਦੇ ਨਾਲ ਮੱਕੀ ਵਾਲੀ ਰੋਟੀ ਅਤੇ ਹੁਣ ਦੀਦੀ ਉਹਨਾਂ ਦੀ ਵੇਟ ਕਰਦੇ ਹਾਂ ਚਾਹ ਉਹਨਾਂ ਨਾਲ ਹੀ ਪੀਵਾਂਗੇ ਕਿਉਂਕਿ ਰੋਟੀ ਤੋਂ ਬਾਅਦ ਮਿੱਠਾ ਉਸ ਤੋਂ ਘੰਟੇ ਡੇਢ ਵੱਜ ਚਾਹ ਅਤੇ ਇਕੱਠੇ ਬੈਠ ਕੇ ਚਾਹ ਪੀਵਾਂਗੇ ਸੋ ਆ ਜਾਣ ਮੈਂ ਕਿਹਾ ਸੀ ਨਾ ਪਾਰਸਲ ਅਤੇ ਪਾਰਸਲ ਆਉਣੇ ਆ ਆਹ ਦੇਖੋ ਇੱਕ ਹੋਰ ਆ ਗਿਆ ਮੰਮੀ ਨੇ ਮੰਗਾਇਆ ਖੋਲੋ ਇਹ ਵੀ ਦੇਖ ਲਏ ਇਹਨਾਂ ਨੇ ਕੀ ਮੰਗਾਇਆ ਕੱਲ ਤੁਸੀਂ ਹਰਜੀ ਵਾਲਾ ਦੇਖਿਆ ਅੱਜ ਤੁਸੀਂ ਜੀਤ ਵਾਲਾ ਦੇਖਿਆ ਸਵੇਰੇ ਹੁਣ ਮੰਮੀ ਵਾਲਾ ਦੇਖੋ ਜਾਂ ਪਾਪਾ ਵਾਲਾ ਵੀ ਆਣਾ ਉਹ ਕੁਝ ਸਪਰੇ ਜੀ ਬੋਟਲਸ ਮੰਗਾਈਆਂ ਸੀ ਉਹਨਾਂ ਨੇ ਗੱਡੀ ਦਾ ਕੁਝ ਕੰਮ ਕਰਨ ਲਈ ਮੇਰਾ ਹੀ ਨਾਮ ਹੋਵੇ ਤੁਹਾਡਾ ਮੇਰੇ ਨਾਮ ਤੋਂ ਕਿਉਂ ਆਏਗਾ
बाथरूम एक्सेसरीज मंगाईया मम्मी ने दस रहा देखो बच्चा जी हाँ ऐदा लगनी है ऐदा लगनी है टेप हाँ आ देख पाया पता नी केड़ा किदे च पाया सी किवें पाया सी कुछ समझ नहीं आ रहा साडे कोल हुण पैक नहीं हो रहा चल मम्मी ऐदा ही रख दो कोई गल नहीं कमला करता इन्हें सानू मम्मी ऐदा सी पता नहीं किदा पाया हुआ सी अज मम्मी ने मेरे फोन ते पानी हो पानी च मेरा फोन बच गया बेचारा अरु करी ऐदा नहीं ड्रामे कर दिया हूं कर रही सी करी मैं बाल ना पुटा देखो मैं बाल पुट रही हूं अरु गंदी बात है बाल आ गई दीदी आओ कौन कहती है चीजी लल्ला ना चीजी लल्ला उन्हें कह जा कितने नहीं आना उन्हें ओ देखो आ गई अरु तकदीर आई है तकदीर साडी कुड़ी नाराज हैगी है ज्योत दीदी तो क्योंकि पहले ज्योत दीदी आंदे सीगे हुन काफी टाइम हो गया नेनू नहीं ना पता कि ओ थोड़े जे दूर चले गया तो हुन नाराज हैगी है भाई पुआ ही नहीं इतना टाइम हो गया अरु तुसी पुआ तो नाराज हो मुंह साफ कराओ पहले अपना मुंह साफ कराओ अपना कहंदी है मुंह साफ करो पुआ तो नाराज हो गया मेरा पुत हरजी ने कलवाता दीदी नु पंगे ला रहा दीदी नाल आ देखो भाई मैक पाजी ने कितना ही समान लदया होया पाजी ने देखना कितना कुछ फड़या होया बुबी चू भी बोलियो पुआ नु पता चले तुछी बोलन लग गए करो सत श्रीकाल आलो जी ऐते हुन आ गई अपनी नानी को छोनियो चलो अंदर चलिए आ देखो अनराज फुफर जी अरु फुफर जी फुफर जी फुफर जी नहीं मिलना ला लो ला लो हाँ ला लो अंदर जाके दो दीदी आ गई देख तेरी प्यार कर हां जी आ साडी तकदीर ने कपड़े बदल लिया बई पूरी बाबा दे कपड़े पाया क्योंकि एदे लई तांदेगी है जिद्दा ही पक्खा चलिया ए हच्छी खिड़खिड़ के है ना हां अनाज प्यार नाल पा कर दो हां जप्पी मानी है हाय किदी दीदी है ए किदी दीदी है हां देख ए किदी काका है गंदी ए किदी दीदी है अनाज दी गाना लायो जरा आही पिछे वज्जिया सी देखो ओनू देखो एदा गर्दन होई ओदी एदा एदा करदी है
भैया आ गए भैया। दीदी आई है स्मूथनिंग करा के। जी आ गए। जी आ गए। कुंडी तू खोली थी। ओ वापस बाहर जाओ भाई, वापस बाहर जाओ। पुआ नु मिलेंगे पापा, पुआ नु मिलेंगे। कुंडी एने खोलनी सी। हाँ ऐसा लग रहा है चिमड़े चिमड़े जे लग रहे। स्मूथनिंग करा के आई है दीदी ताजी ताजी। ओ देखो तकदीर बड़ा मामा आ गया। ए हैगा या पेटू मामा। पार्टी तेरे आदमी दी नंग टुटा। ओ पापे दी पापे पापे ने जान दे दी मैंने पार्टी दी थी। बहुत बे ना इंसाफी की थी। ऐसी ऐसा भी चल गया। ਅਸੀਂ ਇੱਥੋਂ ਵੀ ਚਲ ਗਏ। ਸਾਨੂੰ ਪਾਰਟੀ ਦੇਣੀ ਬੰਦ ਕਰਤੀ। ਮੈਨੂੰ ਬਹੁਤ ਰੋਸ ਹੈ ਇਸ ਗੱਲ ਦਾ। ਮੇਰਾ ਬਰਥਡੇ ਮੇਰਾ ਬਰਥਡੇ ਅਪਰ ਦਾ ਇਸ ਪਾਰਟੀ ਦੇ ਵਿੱਚ ਆ ਇੱਕ ਆ ਆਪ ਵੀ ਉੱਤੇ ਕਰ ਦੇ ਕਲਾੜੀ ਪਾ ਰਹੀ ਹੈ। ਇਹਦੇ ਪਾਰਟੀ ਦੀ ਪਾਰਟੀ ਬੰਡੀ ਗਿਆ। ਉਹਨੂੰ ਇੱਕ ਕਿਦਾਂ ਆ ਦੇਖ ਕਿਦਾਂ ਮੰਮੀ ਮੇਰੇ ਬਰਥਡੇ ਦੀ ਪਾਰਟੀ ਵੀ ਕਹਿੰਦੇ ਪੈਂਡਿੰਗ। ਚਾਰ ਪਾਰਟੀਆਂ ਪੈਂਡਿੰਗ ਹੈ ਕਹਿੰਦੇ। ਅੱਜ ਸਾਰੇ ਪਾਰਟੀਆਂ ਵੀ ਪੈਂਡਿੰਗ ਹੀ ਹੋਇਆ ਬਰਥਡੇ ਦਾ। ਮੇਰਾ ਗਿਫਟ ਵੀ ਪੈਂਡਿੰਗ ਹੈ। ਤਕਦੀਰ ਸੀ ਨਾ ਤੇਰੇ ਕੋਲ, ਹੁਣ ਤਕਦੀਰ ਅੱਗੇ ਆ। ਹੁਣ ਧੱਕਾ ਦਵਾ ਅੱਜ ਬੁਲੀਆ ਕੱਢ ਕੇ ਦਿਖਾ ਸੀ। ਅਰਨਾਜ਼ ਹੁਣੇ ਪਤਾ ਨੀ ਅਰਨਾਜ਼ ਅਸੀਂ ਨਾ ਐ ਲੱਗ ਕੇ ਆਈ ਮੈਂ ਖੇਡਣ ਲਈ ਤੇ ਅਰਨਾਜ਼ ਨੇ ਨਾ ਉੱਥੇ ਹੀ ਮਾਰਿਆ ਬਚ ਗਿਆ। ਇਹਦੇ ਇੱਥੇ ਆ ਕੇ ਗਿਰਿਆ ਨੂੰ ਲੱਗਾ ਨਹੀਂ ਤੇ ਥੋੜਾ ਜਿਹਾ ਉਹਨੂੰ ਕਹਿਤਾ ਕਿ ਹੋਲੀ ਕਰਨਾ ਸੀਗਾ ਤੇ ਉਹ ਨਾਰਾਜ਼ ਹੋ ਗਈ, ਬੁਲੀਆਂ ਕੱਢਣ ਲੱਗ ਗਈ, ਰੋਣ ਲੱਗ ਗਈ। ਕੀ ਹੋਇਆ ਆ ਗਈ ਬੁਲੀਆਂ ਕੱਢ ਕੇ ਨਾ ਰੋਣ ਲੱਗ ਗਈ, ਹੁਣ ਥੋੜੀ ਜਿਹੀ ਨਾਰਾਜ਼ ਹੋ ਗਈ ਆ। ਆ ਜਾ ਦਾਦੂ ਨੂੰ ਜਾਣ ਦੇ, ਆਪਾਂ ਹੁਣੇ ਚੱਲਾਂਗੇ। ਕੀ ਹੋ ਰਿਹਾ, ਕਿੰਨੇ ਕੀ ਹਾਲ ਹੈ ਤੈਨੂੰ? ਹਾਲ ਦੇਖ ਲੈ ਤੂੰ। ਔਰ ਇਹ ਕਿਉਂ ਖੋਲੀ ਆ ਸੋ? ਤੂੰ ਸਾਡੀ ਟੈਂਕੀ ਖਾਲੀ ਕਰ ਦੇਣੀ ਕੁੜੀਏ। ਦੇਖਣ ਜਾ ਰਹੇ ਸਾਰੇ ਤੇ ਨਾਲ ਆਪਾਂ ਬਾਹਰ ਡਿਨਰ ਕਰਨ ਜਾਵਾਂਗੇ। ਦੇਖੋ ਮੰਮੀ ਪਤਲੀ ਲੱਗ ਰਹੀ ਨਾ ਪਹਿਲੇ ਨਾਲੋਂ। ਹਾਂ ਇਸ ਕਰਕੇ ਮੰਮੀ ਜੈਗਿੰਗ ਟੀ ਸ਼ਰਟ ਪਾ ਕੇ ਰੇਡੀ ਹੋ ਗਈ ਹੈ ਕਿ ਮੈਂ ਮੂਵੀ ਦੇਖਣ ਜਾਣਾ ਤੇ ਮੈਂ ਜਰਾ ਟ੍ਰੈਡੀਸ਼ਨਲ ਤੋਂ ਵੈਸਟਰਨ ਚ ਆ ਜਾਵਾਂ ਹੁਣ, ਹੈ ਨਾ? ਤੇ ਹੁਣ ਮੈਂ ਵੀ ਸੋਚ ਰਹੀ ਹਾਂ ਮੈਂ ਵੀ ਬਦਲ ਹੀ ਲਵਾਂ, ਬਈ ਪਜਾਮਾ ਟੀ ਸ਼ਰਟ ਪਾ ਲਈਏ, ਸੂਟ ਲਾ ਦਈਏ, ਕਿਉਂਕਿ ਬਾਹਰ ਰੋਟੀ ਖਾਣ ਜਾਣਾ ਆਪਾਂ ਤੇ ਮੂਵੀ ਦੇਖਣ ਜਾਣਾ। ਤੇ ਆਪਾਂ ਰੇਡੀ ਰੂਡੀ ਹੁੰਦੇ ਹਾਂ, ਇਹਨੂੰ ਵੀ ਤਿਆਰ ਕਰਦੇ ਹਾਂ। ਦੇਖੋ ਇਹ ਗੁੰਜੀ, ਇਹ ਗੰਡਾ, ਇਹ ਗੰਡਾ, ਇਹ ਗੰਡਾ ਗੱਲਾਂ ਕਰਕੇ ਪਈ ਸੀ, ਮੈਨੂੰ ਪਤਾ ਸੀ ਐਂਡ ਤੇ ਆ ਕੇ ਕੀ ਗੱਲ ਹੈ। ਔਰ ਚੁੱਪ ਹੋ ਗਈ ਜੋਤ ਤੋਂ, ਚੁੱਪ ਕਰਾ ਲੈ ਬਸ, ਕੈਮਰਾ ਆਨ ਕਰ ਦੋ। ਜੋਤ ਕਰ ਚੁੱਪ, ਜੋਤ ਕਰ ਕੁਝ ਬੋਲਣਾ ਚਾਹੋਗੇ? ਰੋਟੀ ਖਾਵਾਂਗੇ ਤਦ ਤੱਕ ਸ਼ੋਅ ਦਾ ਟਾਈਮ ਨਿਕਲ ਜਾਏਗਾ। ਮੈਂ ਕਹਿੰਦਾ ਰੋਟੀ ਖਾ ਲਾਂਗੇ ਬਾਅਦ ਚ, ਤੇ ਕਹਿੰਦੇ ਨਾ ਚਲੋ ਚੱਲੀਏ। ਕੁੜੀ ਦੀ ਸੀ ਇਹ ਚਾਕਲੇਟਾਂ, ਇੱਥੇ ਦਾਲ ਤੇ ਪਨੀਰ ਦੀ ਭੁਰਜੀ ਮੰਗਾਈ ਸੀ, ਲੇਕਿਨ ਇਸਕੇ ਹਸਬੈਂਡ ਨੇ ਉਰਫ ਅਨਾਸ ਕੇ ਫੂਫਾ ਨੇ ਕਿਆ ਕਾਮ ਕਰਾ, ਰੋਟੀ ਖਾਣੀ ਹੈ, ਇੰਨੀ ਰੋਟੀ ਖਾਣੀ ਹੈ, ਇੱਦਾਂ ਟੱਚ ਕਰਕੇ ਨਹੀਂ ਖਾਣੀ। ਖਾ ਲੈ ਭਰਾ।
चल रहा फोन नेटफ्लिक्स लाल सिंह चड्डा शो इत लग गया किन्ने बजे शो लग गया देखो तो सही दोनों कितना लंबे पे हैं एक बैठे थे साढ़े बारह का शो लग गया सबसे बड़ी एलसीडी थे लाल सिंह चड्डा जान लगी दरवाजा बंद कर दी दीदी होनी आज अपने को स्टे कर रहे टाइम ना वैसे 12:30 बज गया पर अजे असी अद्धा घंटा पौना घंटा घंटा गल्ला करांगे फिर आपा सोवांगे सानू आई नींद 12:30 बज गया इनी जल्दी हो गया कहंदे लाल सिंह चड्डा बोर मूवी थी ते आपां सो गए हां वैसे ते अनाज कौर जी अनाज तेनु मारिया किन्ने सी भज गई आ अनाज तेनु मारिया किन्ने सी दस किन्ने मारे दस आ किन्ने मारे सी मार 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 इनू मार मार इनू भी मारे तू मार इन्हें भी मारिया सी ना हां क्या हुण मारेगा तू मैनू ओए सब च अपना सेंटर लाता जी डंडा लेके मारे के मार मार जिन्होंने वेरका दी खीर खाधी है ना ओही फेल है रबड़ी वाली खीर है ना ओही फेल है मम्मी खीर जिहड़ी बनांदी है एड्डी स्वाद खीर बनांदी है पूर्णिमा अमृत है मम्मी केड़ा अमृत है शरदम साढ़े लिए खीर की खीर ही है ठीक है अपन खीर दे ओला बदला दे बदला लेता जा रहा डंडे ना मार मार के गवांडियो जाग दे के सुते जागो आ रही पुत जिदा तुम भांड रहे हो दादू की लाठी मेरी लिए खीर आ गई बी जोत भी ला जाओ हरजीत कमरे दीदी मेरे को ब्लॉग का एंड कर दिया होप तुहानू सारयां नू पसंद आया होगा चैनल नू करियो सबसक्राइब लाइक शेयर कमेंट करके जरूर दस्यो कि ब्लॉग किदा दा लगा सो मिलदे आ तुहानू मॉर्निंग नेक्स्ट मजेदार ब्लॉग दे नाल टाटा।